ਚੱਲ, ਮੈਨੂੰ ਪਤਾ ਮੇਰੀ ਭੈਣ ਰਾਜ ਆ, ਕਿੰਨੇ ਉਹਨੂੰ ਟੈਲੀਫੋਨ ਕੀਤੇ ਉਹਨੇ ਮੈਨੂੰ ਕਿ ਜਸਵੀਰ ਆ ਜਾ ਆ ਜਾ, ਪਰ ਮੇਰਾ ਟਾਈਮ ਨਹੀਂ ਲੱਗਦਾ ਰਿਹਾ। ਅੱਜ ਮੈਂ ਜਾ ਕੇ ਆਉਣਾ, ਤੁਹਾਨੂੰ ਦੱਸਣਾ ਵੀ ਨਹੀਂ ਹੈਗਾ, ਉਹਨੇ ਖੁਸ਼ ਹੋ ਜਾਣਾ। ਅਤੇ ਆਹ ਸੂਟ ਉਹਦੀ ਨੂੰਹ ਨੂੰ ਦੇ ਦੇਣਾ, ਕਿੰਨਾ ਸੋਹਣਾ ਸੂਟ ਆ। ਭੈਣ ਦੀ ਕਿਹੜੀ ਗੱਲ ਆ, ਭੈਣ ਨੂੰ ਕੋਈ ਦੇਵੇ ਭਾਵੇਂ ਨਾ ਦੇਵੇ, ਪਰ ਨੂੰਹ ਨੂੰ ਦੇਣਾ ਤਾਂ ਮੇਰਾ ਫਰਜ਼ ਬਣਦਾ ਨਾ। ਚੱਲ, ਪਤਾ ਨਹੀਂ ਮੈਂ ਆਪਣਾ ਟੈਲੀਫੋਨ ਕਿੱਥੇ ਰੱਖ ਬੈਠੀ ਹਾਂ। ਜਦੋਂ ਉਹਨੇ ਮੈਨੂੰ ਵੇਖਣਾ ਨਾ ਕਿ ਮੇਰੀ ਭੈਣ ਆਈ ਆ, ਉਹਨੇ ਕਿੰਨੀ ਖੁਸ਼ ਹੋ ਜਾਣਾ। 2 ਸਾਲ ਹੋ ਗਏ ਮੈਂ ਆਪਣੀ ਭੈਣ ਨੂੰ ਮਿਲੀ ਨਹੀਂ, ਬਸ ਫੋਨ 'ਤੇ ਗੱਲਾਂ ਕਰਦੀ ਰਹਿੰਦੀ ਹਾਂ। ਹੋਰ ਭੈਣ, ਤੂੰ ਸੁਣਾ ਕੀ ਹਾਲ ਆ? ਚਲੇ ਜਾਣਾ ਆਏ, ਲਿਫਾਫਾ ਕਿੱਥੇ ਆ? ਮੇਰੀ ਭੈਣ ਨੇ ਬੜੀ ਖੁਸ਼ ਹੋਣਾ, ਉਹਨੇ ਸਾਰੇ ਕੰਮ ਛੱਡ ਕੇ ਮੇਰੇ ਨਾਲ ਸੁੱਖ ਦੁੱਖ ਕਰਨੇ ਆ, ਕਿਉਂਕਿ ਦੋ ਜੋ ਟੈਲੀਫੋਨ 'ਤੇ ਗੱਲਾਂ ਹੁੰਦੀਆਂ ਉਹ ਸਿੱਧੀਆਂ ਥੋੜ੍ਹਾ ਹੁੰਦੀਆਂ, ਆਪਾਂ ਆਹਮਣੇ ਸਾਹਮਣੇ ਬਹਿ ਕੇ ਗੱਲਾਂ ਕਰਾਂਗੇ। ਚੱਲ ਭੈਣੇ, ਪਤਾ ਨਹੀਂ ਇਹੋ ਗਲੀ ਲੱਗਦੀ ਹੈ, ਉਹ ਦੁਕਾਨ ਸੀ ਇਹੋ ਗਲੀ ਹੈ। ਪਤਾ ਨਹੀਂ ਉੱਥੋਂ ਤਾਂ ਇੰਨੀਆਂ ਕੋਠੀਆਂ ਨਹੀਂ ਸੀ ਬਣੀਆਂ, ਹੁਣ ਤਾਂ ਬੜੀਆਂ ਕੋਠੀਆਂ ਬਣ ਗਈਆਂ। ਪਤਾ ਨਹੀਂ ਤੀਜਾ ਚੌਥਾ ਕਿ ਪੰਜਵਾਂ ਛੇਵਾਂ ਘਰ ਸੀ, ਪਤਾ ਨਹੀਂ। ਉਹਨਾਂ ਦੇ ਘਰ ਦੇ ਸਾਹਮਣੇ ਖਾਲੀ ਪਲਾਟ ਸੀ, ਉਹ ਮੁੰਡਾ ਖਲੋਤਾ ਨੂੰ ਪੁੱਛਦੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਇੱਥੇ ਨਾ ਉਹ ਹੈਗੇ ਆ, ਉਹਨਾਂ ਦਾ ਨਾਂ ਹੈਗਾ ਸਿਮਰਨ, ਅਤੇ ਉਹਨਾਂ ਦੇ ਮੁੰਡੇ ਦਾ ਨਾਂ ਹੈਗਾ ਜੀ ਆਪਣਾ ਗੋਲਡੀ, ਅਤੇ ਉਹ ਮੁੰਡਾ ਬਾਹਰ ਗਿਆ ਉਹਨਾਂ ਦਾ, ਅਤੇ ਪਤਾ ਨਹੀਂ ਇੱਥੇ ਕਿ ਘਰ ਸੀ, ਮੈਂ 2 ਸਾਲ ਪਹਿਲਾਂ ਆਈ ਸੀ, ਉਹ ਸਾਹਮਣੇ ਪਲਾਟ ਸੀ, ਹੁਣ ਇੱਥੇ ਵੀ ਕੋਠੀ ਬਣ ਗਈ ਆ। ਨੰਬਰ ਨਹੀਂ ਤੁਹਾਡੇ ਕੋਲ ਉਹਨਾਂ ਦਾ? ਕੋਈ ਟੈਲੀਫੋਨ ਨੰਬਰ ਹੈਗਾ ਤੇ ਆ? ਅੱਛਾ ਜੀ। ਪਰ ਮੈਂ ਕਰਨਾ ਨਹੀਂ, ਮੈਨੂੰ ਇੰਨਾ ਕੁ ਪਤਾ ਕਿ ਆਹ ਗਲੀ ਦੇ ਇਸੇ ਗਲੀ ਦੇ ਵਿੱਚ ਹੀ ਰਹਿੰਦੇ। ਇਹ ਘਰ ਵਾਲਿਆਂ ਦਾ ਮੈਂ ਖਿਆਲ ਕਿ ਲੜਕਾ ਬਾਹਰ ਗਿਆ ਜੀ, ਇਹਨਾਂ ਕੋ ਪੁੱਛ ਲਓ। ਹਾਂ ਘਰ ਵਾਲਾ, ਮੁੰਡੇ ਦਾ ਵਿਆਹ ਆ ਤੇ ਇੱਕ ਨੂੰਹ ਉਹਨਾਂ ਦੀ। ਹਾਂਜੀ ਹਾਂਜੀ, ਇਹੋ ਘਰ ਆ। ਹਾਂਜੀ, ਮਿਹਰਬਾਨੀ ਭਾਜੀ ਤੁਹਾਡੀ। ਸਹੀ ਗੱਲ ਜੀ। ਆ ਮੈਂ 2 ਸਾਲਾਂ ਬਾਅਦ ਆਈ, ਮੇਰੀ ਭੈਣ ਨੇ ਕਿੱਡਾ ਸੋਹਣਾ ਘਰ ਬਣਾ ਲਿਆ, ਮਹਾਰਾਜ ਉਹਨੂੰ ਚੜ੍ਹਦੀਆਂ ਕਲਾ 'ਚ ਰੱਖੇ, ਦਿਨ ਦੁੱਗਣੀ ਰਾਤ ਚੁੱਗਣੀ ਕਰਨ। ਮੇਰੀ ਭੈਣ ਨੇ ਦੁੱਖ ਵੀ ਬੜੇ ਵੇਖੇ, ਮੇਰੀ ਭੈਣ ਨੇ ਮੈਨੂੰ ਵੇਖ ਕੇ ਬੜੀ ਖੁਸ਼ ਹੋਣਾ ਕਿ ਉਹਨੇ ਮੈਨੂੰ ਕਹਿਣਾ ਤੂੰ ਮੈਨੂੰ ਪਹਿਲਾਂ ਹੀ ਕਿਉਂ ਨਹੀਂ ਦੱਸਿਆ।
ਸਿਮਰਨ ਭੈਣ ਕਿਰਨ ਹਾਂਜੀ ਮੰਮੀ ਆ ਵੀ ਕੜੇ ਸੋਹਣੇ ਲੱਗਦੇ ਪਏ ਹੈ ਨਾ ਹਾਂਜੀ ਹਾਂਜੀ ਉਹ ਸਭ ਤੇ ਛੱਡੋ ਮੰਮੀ ਤੁਸੀਂ ਕਹਿੰਦੇ ਸੀਗੇ ਕਿ ਮਾਸੀ ਜੀ ਨੇ ਆਣਾ ਆਏ ਨਹੀਂ ਆਏ ਤੱਕ ਕਹਿੰਦੇ ਰਿਹਾ ਸੀ ਪਰ ਫੋਨ ਫੋਨ ਤੇ ਆਇਆ ਨਹੀਂ ਮੈਨੂੰ ਤੇ ਬੂਆ ਨਹੀਂ ਕੜ ਕਹਿੰਦੇ ਆਪਣਾ ਮਾਸੀ ਤੇਰੀ ਆਈ ਆ ਆਹੋ ਆ ਗਈ ਸਿਮਰਨ ਭੈਣ ਕੀ ਹਾਲ ਨੇ ਬਸ ਬਸ ਇਹ ਕਿੰਨੇ ਟਾਈਮ ਬਾਅਦ ਮਿਲੇ ਹੈ ਪੂਰੇ 2 ਸਾਲ ਬਾਅਦ ਠੀਕ ਹੈ ਨਾ ਚਲ ਅੰਦਰ ਟੈਲੀਫੋਨ ਤੇ ਗੱਲਾਂ ਕਰ ਲਈਦੀਆਂ ਸੀ ਮੇਰੀ ਭੈਣ ਤੇ ਮਾਸਾ ਨਹੀਂ ਬਦਲੀ ਤੂੰ ਵੀ ਨਹੀਂ ਬਦਲੀ ਉਵੇਂ ਦੀ ਉਵੇਂ ਦੀ ਰਹੀ ਮੇਰੀ ਭੈਣ ਚਲ ਚਲਾ ਚਲਾ ਤੇ ਧੁੱਪੇ ਰੱਖ ਲਓ ਚਲ ਚਲ ਆ ਜਾ ਆ ਜਾ ਆ ਜਾ ਇੱਥੇ ਬੈਠ ਇੱਥੇ ਬੈਠ ਚਲ ਇੱਥੇ ਹੀ ਲੈ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਗੋਲਡੀ ਦੀ ਵੋਟੀ ਆਹੋ ਪਤਾ ਮੈਨੂੰ ਕਿੰਨੀ ਸੋਹਣੀ ਟੈਲੀਫੋਨ ਤੇ ਇੰਨਾ ਗੱਲ ਕਰਦੀ ਹੁੰਦੀ ਸੀ ਇਹਦੀ ਆਵਾਜ਼ ਮੈਨੂੰ ਬੜੀ ਸੋਹਣੀ ਲੱਗਦੀ ਹੁੰਦੀ ਸੀ ਬਸ ਵਿਆਹ 'ਚ ਹੀ ਵੇਖਿਆ ਅਤੇ ਜਹਾਜ਼ ਵੇਖਿਆ ਮੈਨੂੰ ਚਲੋ ਬੈਠੋ 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 ਹੋਰ ਬਸ ਠੀਕ ਆ ਮੈਨੂੰ ਗਲੀ ਦਾ ਪਤਾ ਜ਼ਰੂਰ ਸੀ ਕਿ ਗਲੀ ਇੱਧਰ ਨੂੰ ਜਾ ਕੇ ਹੈਗੀ ਆ ਮੈਂ ਪਹਿਲਾਂ ਉੱਥੇ ਪਿੱਛੇ ਦੁੱਧ ਵਾਲੇ ਨੂੰ ਪੁੱਛਿਆ ਕਿ ਇੱਥੇ ਮੁੰਡਾ ਜਿਹਦਾ ਨਾਂ ਗੋਲਡੀ ਆ ਉਹਦੀ ਮੰਮੀ ਦਾ ਨਾਂ ਸਿਮਰਨ ਆ ਉਹ ਕਹਿੰਦਾ ਪਤਾ ਨਹੀਂ ਅੱਗੇ ਜਾ ਕੇ ਪੁੱਛੋ ਪਰ ਮੈਨੂੰ ਗਲੀ ਦੀ ਪੱਕੀ ਨਿਸ਼ਾਨੀ ਸੀ ਪਰ ਭੈਣ ਇਹਦੇ ਸਾਹਮਣੇ ਤਾਂ ਪਲਾਟ ਖਾਲੀ ਸੀ ਉਹ ਬਣ ਗਏ ਨੇ ਨਾ ਕੋਠੀ ਬਣ ਗਈ ਨਾ ਉਹ ਫਿਰ ਸਾਹਮਣੇ ਮੁੰਡਾ ਖਲੋਤਾ ਸੀ ਉਹਨੂੰ ਮੈਂ ਪੁੱਛਿਆ ਉਹ ਟਿੰਕੂ ਖਲੋਤਾ ਹੁਣ ਉਹ ਤੁਸੀਂ ਬਾਹਰੋਂ ਬੂਆ ਖੜਕਾਉਣ ਦੀ ਬੈਲ ਵੀ ਲੱਗੀ ਹੋਈ ਆ ਮੈਂ ਆਪਣੀ ਭੈਣ ਦੇ ਖੁਸ਼ੀ ਵੇਖਣਾ ਚਾਹੁੰਦੀ ਹਾਂ ਵੇਖਣਾ ਚਾਹੁੰਦੀ ਹਾਂ ਕਿ ਮੈਂ ਟੈਲੀਫੋਨ ਕੀਤਿਆਂ ਬਗੈਰ ਚਾਹੁੰਦੀ ਹਾਂ ਮੇਰੀ ਭੈਣ ਪਹਿਲਾਂ ਓਨੀ ਖੁਸ਼ ਹੁੰਦੀ ਹੈ ਕਿਉਂ ਨਹੀਂ ਖੁਸ਼ ਹੋਣਾ ਪਰ ਤੂੰ ਤਾਂ ਦੁਨੀ ਖੁਸ਼ ਹੋਈ ਆ ਖੁਸ਼ ਹੋਣਾ ਆਪਣੇ ਲੈ ਆਪਣੇ ਆਉਣ ਤੇ ਖੁਸ਼ੀ ਨਹੀਂ ਹੋਣੀ ਇਸ ਵਾਰ ਹੋਰ ਖੁਸ਼ੀ ਕਿਹੜੀ ਹੋ ਸਕਦੀ ਹੋਰ ਤੂੰ ਸੁਣਾ ਸਭ ਠੀਕ ਠਾਕ ਨਾ ਘਰ ਪਰਿਵਾਰ ਸਭ ਠੀਕ ਹੈ ਸਾਰਾ ਕੁਝ ਠੀਕ ਆ ਬਾਬਾ ਜੀ ਦੀ ਬੜੀ ਕਿਰਪਾ ਕਿਰਨ ਪਾਣੀ ਲਿਆਓ ਬੇਟੇ ਮਾਸੀ ਵਾਸਤੇ ਹਾਂਜੀ ਪਾਣੀ ਲਿਆਓ ਨਾ ਲੈਣਾ ਮੇਰਾ ਛੋਟਾ ਮੁੰਡਾ ਨੌਕਰੀ ਤੇ ਲੱਗ ਗਿਆ ਚਲ ਫਿਰ ਤੇ ਬੜਾ ਹੀ ਵਧੀਆ ਕਿੱਥੇ ਲੱਗਿਆ ਨੌਕਰੀ ਉਹ ਇੱਥੇ ਤੈਨੂੰ ਪਤਾ ਵਕੀਲ ਹੈਗਾ ਅੱਛਾ ਤੇ ਉਹਨੂੰ ਕਿਸੇ ਨੇ ਉਹਨਾਂ ਨੇ ਆਪਣੇ ਪੱਕਾ ਹੀ ਰੱਖ ਲਿਆ ਉਹਨੂੰ ਕੰਪਨੀ 'ਚ ਅੱਛਾ ਚਲ ਫਿਰ ਤੇ ਬੜਾ ਹੀ ਵਧੀਆ ਹੋ ਗਿਆ ਬੜਾ ਵਧੀਆ ਬੜੇ ਖੁਸ਼ ਹੈ ਆਪਾਂ ਭੈਣਾਂ ਬੜੇ ਖੁਸ਼ ਹੈ ਚਲ ਸ਼ੁਕਰ ਸੁਣੀ ਗਈ ਤੇਰੀ ਵੀ ਸੁਣੀ ਗਈ ਚਲੋ ਮੈਂ ਪਾਣੀ ਲੈ ਕੇ ਆਉਂਦੀ ਮੇਰੀ ਵੀ ਸੁਣੀ ਗਈ ਤੇ ਤੇਰੀ ਵੀ ਸੁਣੀ ਗਈ ਮੇਰੀ ਤੇ ਸ਼ੁਕਰ ਹੈ ਜਦੋਂ ਦਾ ਮੇਰਾ ਗੋਲਡ ਹੀ ਗਿਆ ਨਾ ਬਾਹਰ ਆਪਣੀ ਤੇ ਉਦੋਂ ਦੀ ਸੁਣੀ ਗਈ ਕਿਰਨ ਹਾਂਜੀ ਹਾਂਜੀ ਬਿਟੇ ਲਿਆਓ
ਮੈਨੂੰ ਪਿਆਸ ਹੀ ਬੜੀ ਲੱਗੀ ਹੋਈ ਸੀ। ਪਾਣੀ ਨਹੀਂ ਹੈਗਾ। ਇਹ ਕੀ ਹੈਗਾ? ਇਹ ਕੋਲਡ ਡਰਿੰਕ ਹੈ। ਅੱਜ ਕੱਲ੍ਹ ਤਾਂ ਕੋਲਡ ਡਰਿੰਕ ਹੀ ਐਵੇਂ ਦੀ ਆਉਂਦੀ ਪਈ ਹੈ। ਅੱਛਾ, ਮੈਨੂੰ ਵੈਸੇ ਪਾਣੀ ਦੀ ਪਿਆਸ ਲੱਗੀ ਸੀ। ਤੁਸੀਂ ਆਹ ਪੀ ਲਓ, ਪਾਣੀ ਤਾਂ ਅੱਜ ਕੱਲ੍ਹ ਨੋਰਮਲ ਹੋ ਗਿਆ ਵਾ, ਇਹੋ ਹੀ ਚੱਲਦਾ ਸਾਡੇ ਘਰ 'ਚ। ਲਓ ਮੰਮੀ, ਮੇਰੀ ਗੱਲ ਸੁਣ, ਨਾਲ ਲਿਆ ਡਰਾਈ ਫਰੂਟ। ਹਾਂਜੀ, ਉਹ ਮੈਂ ਸਰਵੈਂਟ ਨੂੰ ਕਿਹਾ ਵਾ ਤੇ ਉਹਨੇ ਨਾ ਸਾਰਾ ਕੁਝ ਪਾਤਾ ਵਾ, ਮੈਂ ਲੈ ਕੇ ਹੀ ਆਣਾ, ਮੈਂ ਹੁਣੇ ਲੈਣੀ ਹੈ। ਰਾਤ ਤੱਕ ਰਹਿੰਦੀਆਂ ਵਾ ਤੇ ਇੱਕ ਤੇ ਰਾਤ ਨੂੰ ਇੱਥੇ ਰਹਿੰਦੀ, ਉਹਨੂੰ ਸਭ ਤੋਂ ਉੱਪਰ ਵਾਲੀ ਮੰਜ਼ਿਲ ਦਿੱਤੀ ਹੋਈ। ਪੱਕੀ ਰੱਖਿਆ ਉਹਨੂੰ ਅਸੀਂ ਇੱਥੇ, ਰੱਬ ਨਾ ਕਰੇ ਰਾਤੀ ਕਿਰਨ ਨੂੰ ਪਾਣੀ ਦੀ ਲੋੜ ਮੈਨੂੰ ਪੈਂਦੀ ਹੈ ਸਾਰਾ। ਹਾਂਜੀ, ਵਧੀਆ ਭੈਣੇ, ਬਹੁਤ ਵਧੀਆ। ਤੂੰ ਸਿਹਤ ਸੁਣਾ ਭੈਣ? ਹਾਏ ਹਾਏ, ਆ ਮੌਸਮ ਜੂ ਬਦਲਦਾ ਪਿਆ ਹੀ, ਤੇ ਗੋਲਡਨ ਦੇ ਸਮੇਂ ਦੇ ਤੇ ਟੈਨਸ਼ਨ ਲੱਗੀ ਵੀ ਚਾਚਾ ਉਹਨੇ ਫੋਨ ਪਿਆ ਕਰਦਾ, ਮੰਮੀ ਜਾਓ ਅੱਛੇ ਡਾਕਟਰ ਕੋਲ ਜਾਓ, ਟਾਈਮ ਲਵੋ ਪਹਿਲੇ ਉਹਨੂੰ ਮਿਲਣ ਦਾ, ਫਿਰ ਜਾਇਆ ਜੇ। ਉਹਨੇ ਟਾਈਮ ਹੀ ਬਹੁਤ ਕਰਤਾ ਹੋਇਆ ਉਹਦੇ ਨਾਲ। ਕੱਲ੍ਹ ਤਾਂ ਡਾਕਟਰ ਆਇਆ ਵੀ ਸੀ ਘਰੇ ਤੇ ਪਰ ਮੰਮੀ ਨੂੰ ਫਰਕ ਨਹੀਂ ਪਿਆ, ਘਰੇ ਹੀ ਬੁਲਾ ਲੈਂਦੇ ਮੰਮੀ ਫੋਨ ਕਰਕੇ। ਨਹੀਂ ਨਹੀਂ, 2000 ਰੁਪਏ ਫੀਸ ਹੈ ਡਾਕਟਰ ਦੀ, ਜਿੱਥੋਂ ਨੇ ਟਾਈਮ ਲਿਆ ਗੋਲਡੀ ਨੇ। ਮੈਂ ਨਾ ਫੋਨ ਕਰਕੇ ਘਰੇ ਬੁਲਾ ਲੈਣੀ, ਤੁਸੀਂ ਪੈਸੇ ਦੀ ਟੈਨਸ਼ਨ ਨਾ ਲਓ, 2000 ਕੀ ਆ, ਸਿਹਤ ਨਾਲੋਂ ਜ਼ਿਆਦਾ ਥੋੜਾ ਮੈਂ ਕਰ ਦਿੰਦੀ ਫੋਨ। 5000 ਰੁਪਈਆ ਉਹਨੇ ਸਿਰਫ ਇੱਦਾਂ ਚੈੱਕ ਕਰਨ ਦਾ ਹੀ ਲੈ ਜਾਣੀ ਇੰਜ ਇੰਜ ਕਰਕੇ। ਅੱਛਾ, ਬਸ ਇੰਨਾ ਵਧੀਆ ਡਾਕਟਰ ਆ? ਹਾਂਜੀ ਹਾਂਜੀ, ਤੁਹਾਡੇ ਉੱਧਰ ਤਾਂ ਨਹੀਂ ਹੁੰਦੇ ਹੋਣੇ ਨਾ ਇਤਨਾ ਦੇ? ਨਹੀਂ ਪੁੱਤ, ਸਾਡੇ ਗਲੀ ਦੇ ਮੋੜ 'ਤੇ ਡਾਕਟਰ ਹੈਗਾ, ਆਪਾਂ ਉਹਦੇ ਕੋਲ ਦਵਾਈ ਲੈ ਲੈਂਦੇ, ਸਾਨੂੰ ਫਰਕ ਪੈ ਜਾਂਦਾ, 30 ਰੁਪਏ ਦੀ ਉਹ ਕੀ 3 ਖੁਰਾਕਾਂ ਦੇ ਰਹਿੰਦਾ, ਬੜਾ ਵਧੀਆ ਡਾਕਟਰ ਹੈਗਾ ਭੈਣੇ। ਉਹ ਫਰਕ ਪੈ ਜਾਂਦਾ ਨਾ, ਅੱਜ ਕੱਲ੍ਹ ਸ਼ਹਿਰਾਂ ਥਾਵਾਂ ਦੇ ਪਤਾ ਕਿਤੇ ਫਰਕ ਪੈਂਦੇ ਨੇ। ਹਾਂ ਭੈਣ, ਇਹ ਤਾਂ ਗੱਲ ਸਹੀ ਤੇਰੀ, ਹੋਰ ਕੀ। ਚੱਲ ਚੰਗੀ ਗੱਲ ਹੈ, ਰੱਬ ਦਾ ਸ਼ੁਕਰ ਹੈ ਕਿ ਤੂੰ 5000 ਦੇਣ ਜੋਗੀ ਤੇ ਹੋ ਗਈ ਨਾ ਡਾਕਟਰ ਨੂੰ। ਸ਼ੁਕਰ ਹੈ। ਚਲੋ ਮੈਂ ਚਾਹ ਲੈ ਕੇ ਆਨੀ ਆ। ਹਾਂ ਲਿਆਓ ਲਿਆਓ ਲਿਆਓ, ਚਾਹ ਪਾਣੀ ਨਾ, ਚਾਹ ਪਾ ਲਿਆਓ ਲਿਆਓ ਲਿਆਓ। ਅੱਛਾ ਅੱਛਾ ਅੱਛਾ, ਆਹ ਕੁੜੀ ਆ। ਗੱਡੀਆਂ ਖਲੋਤੀਆਂ ਰੋਜ਼ ਸਾਫ ਕਰ ਜਾਂਦਾ। ਲੈ, ਗੋਲਡੀ ਨੇ ਕੈਮਰੇ ਲਵਾਏ ਹੋਏ ਨੇ ਸਪੈਸ਼ਲ ਸਾਰੇ, ਉਹ ਸਾਰਾ ਘਰ ਉੱਥੇ ਬੈਠੇ ਵੇਖਦਾ ਰਹਿੰਦਾ ਕਿਹੜੀ ਚੀਜ਼ ਸਾਫ ਹੋਈ ਕਿਹੜੀ ਚੀਜ਼ ਸਾਫ ਨਹੀਂ ਹੋਈ। ਅੱਛਾ, ਗੋਲਡੀ ਨੇ ਪਰਸੋਂ ਆਈ ਭੇਜੇ ਨੇ ਆਪਣੇ ਦੋਸਤ ਦੇ ਹੱਥ। ਹਾਂਜੀ, ਅੱਛਾ ਮਾਸੀ ਨੇ ਟੇਸਟ ਨਹੀਂ ਕੀਤੇ ਹੋਣੇ ਕਦੀ, ਕਰੋ ਟੇਸਟ ਮਾਸੀ। ਬਾਹਰ ਦੇ ਆ ਵੇਖ, ਆ ਸਪੈਸ਼ਲ ਉਹਨੇ ਭੇਜਿਆ ਡਰਾਈ ਫਰੂਟ ਸਾਰਾ ਉੱਥੋਂ ਹੀ ਭੇਜਦਾ ਉਹ ਕਹਿੰਦਾ ਇੱਥੋਂ ਨਹੀਂ ਲੈਣੀਆਂ ਚੀਜ਼ਾਂ ਅਵਲੀਆਂ, ਸਿਹਤ ਦਾ ਨੁਕਸਾਨ ਹੋਏਗਾ। ਆਪਾਂ ਨਾ ਸਪੈਸ਼ਲ ਬਣਵਾਈ ਸੀ, ਲਓ ਫੜੋ ਭੈਣੇ। ਓਏ ਹੋਏ, ਤੂੰ ਤੇ ਡਰ ਡਰ ਕੇ ਚੁੱਕਣੀ ਨਹੀਂ, ਕੋਈ ਸੋਨੇ ਦੀ ਟ੍ਰੇ ਹੈ ਜਿਹੜੀ ਤੂੰ ਡਰ ਡਰ ਪਈ ਹੱਥ ਲਾਉਂਦੀ ਹੈ ਉਹਨੂੰ? ਉਹ ਮਾਸੀ ਜੀ ਨੇ ਕਦੀ ਖਾਧੇ ਨਹੀਂ ਨਾ, ਉਹਨਾਂ ਨੂੰ ਪਤਾ ਨਹੀਂ ਲੱਗਣ ਦਿਆ ਕਿ ਮੈਂ ਕੀ ਲਵਾਂ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਸਭ ਆ ਲੈਣਾ ਸੀ ਡੇਟਸ, ਸਭ ਜਾਚਾ ਆ ਜਾਣਾ। ਇਹ ਡੇਟਸ, ਇਹ ਤਾਂ ਸ਼ਵਾਰੇ ਹੈਗੇ ਆ,
ਨਹੀਂ ਨਹੀਂ ਇਹ ਛੁਹਾਰੀ ਨਹੀਂ ਹੈਗੀ, ਇਹ ਸ਼ਕਲ ਹੀ ਛੁਹਾਰਿਆਂ ਵਰਗੀ ਹੈ। ਇਹਨੂੰ ਕਹਿੰਦੇ ਬਾਹਰ ਦੀਆਂ ਖਜੂਰਾਂ। ਅੱਛਾ ਆਹ ਪਰ ਭੈਣਾ ਉਹ ਤਾਂ ਪੀਲੀਆਂ ਪੀਲੀਆਂ ਹੁੰਦੀਆਂ। ਆਏ ਹਾਏ ਖਾ ਕੇ ਤਾਂ ਵੇਖ ਤੂੰ, ਫਿਰ ਤੂੰ ਆਪੇ ਹੀ ਕਹੇਂਗੀ। ਇਹ ਸਖਤ ਵੀ ਨਹੀਂ ਹੁੰਦੇ, ਬੜੇ ਸੌਫਟ ਹੁੰਦੇ। ਆਹ ਦੇਖੋ ਟੁੱਟ ਗਏ ਨਾ। ਆਹ ਵੇਖ, ਹਾਂ ਟੁੱਟ ਗਏ। ਲੈ ਮੈਂ ਉਹੀ ਕਿਹਾ ਸੀ ਨਾ ਮਾਸੀ ਜੀ ਨੇ ਪਹਿਲੀ ਵਾਰੀ ਖਾਧੇ। ਤੇ ਫਿਰ ਉਹ ਕੀ ਕਰੇ ਵਿਚਾਰੀ। ਹਾਂ ਵਾਕਈ ਸਵਾਦ ਆ ਭੈਣਾ। ਆਪਾਂ ਤਾਂ ਲਸਣ ਵਾਲਾ ਭੁਜੀ ਆ ਅਤੇ ਨਾਲ ਬਿਸਕੁਟ ਉਹ ਖਾਈ ਦੇ, ਸਾਨੂੰ ਉਹੀ ਬੜੇ ਸਵਾਦ ਲੱਗਦੇ ਆ। ਕੋਈ ਹੁਣ ਤੂੰ ਆਹ ਖਾਏਂਗੀ ਨਾ ਤੈਨੂੰ ਆਹ ਵੀ ਸਵਾਦ ਲੱਗਣੇ। ਨਹੀਂ ਸਵਾਦ ਹੈ, ਸਵਾਦ ਨਰਮ ਹੈਗੀ ਆ। ਖਾ 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 ਇੱਥੇ ਰੱਖ ਦਿਓ ਵੀ। ਸਵਾਦ ਵਧੀਆ। ਟਿਸ਼ੂ ਪੇਪਰ ਦਿਓ ਹੱਥ ਪੁੰਝਣ ਵਾਸਤੇ। ਮੇਰੇ ਕੋਲ ਰੁਮਾਲ ਹੈਗਾ। ਓਹੋ ਟਿਸ਼ੂ ਪੇਪਰ ਲਿਆਓ। ਹੋਰ ਖੁੱਲੀ ਹੋ ਕੇ ਬਹਿ, ਡਰ ਡਰ ਕੇ ਕਿਉਂ ਬੈਠੀ? ਮੇਰੀ ਗੱਲ ਸੁਣ ਭੈਣੇ, ਅੱਜ ਆਪਾਂ ਦੋਵੇਂ ਭੈਣਾਂ ਚੱਲੀਏ ਬਾਜ਼ਾਰ। ਕਿੱਥੇ ਜਾਣਾ? ਤੈਨੂੰ ਪਤਾ ਜਦੋਂ ਪਹਿਲਾਂ ਆਉਂਦੇ ਹੁੰਦੇ ਸੀ ਆ ਕੇ ਚਾਹ ਪੀਣੀ ਆਪਾਂ, ਤੇ ਦੋਵਾਂ ਨੇ ਚਲੇ ਜਾਣਾ ਬਾਜ਼ਾਰ। ਬਾਜ਼ਾਰ ਜਾ ਕੇ ਭਟੂਰੇ ਛੋਲੇ ਖਾਣੇ, ਪੂੜੀਆਂ ਖਾਣੀਆਂ। ਨਾ 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 ਨਾ, ਘਰ ਬਣਵਾ ਲਾਂਗੇ, ਬਾਜ਼ਾਰੋਂ ਨਹੀਂ ਖਾਣੇ। ਗੋਲੀ ਗੁੱਸੇ ਹੋਏਗਾ, ਕਿਰਨ ਨਹੀਂ ਖਾਂਦੀ ਬਾਹਰਲੀ ਚੀਜ਼ ਬਿਲਕੁਲ ਵੀ। ਪਰ ਭੈਣੇ ਜੋ ਮਜ਼ਾ ਉੱਥੇ ਦੁਕਾਨ 'ਤੇ ਬਹਿ ਕੇ ਖਾਂਦਾ ਨਾ ਉਹ ਘਰ 'ਚ ਮਜ਼ਾ ਨਹੀਂ ਆਉਂਦਾ। ਨਾਲੇ ਆਪਾਂ ਕਿੰਨੀਆਂ ਗੱਲਾਂ ਕਰ ਲੈਂਦੀਆਂ, ਕਿੰਨਾ ਯਾਦ ਕਰ ਲੈਂਦੀਆਂ। ਸਹੀ ਗੱਲ। ਪਰ ਨਹੀਂ ਨਹੀਂ, ਟਿਸ਼ੂ ਪੇਪਰ ਤੇ ਹੈਂਡ ਟਾਵਲ ਇੱਥੇ, ਤੁਹਾਡੇ ਕੁਝ ਡਿੱਗ ਨਾ ਜਾਵੇ ਵਿਛਾ ਲਓ। ਹਾਂ ਹੈਂਡ ਟਾਵਲ ਆਹੋ ਵੀ ਸਮਝ, ਕੱਪੜੇ ਤਾਂ ਤੇਰੇ ਗੰਦੇ ਹੋਣ। ਹਾਂ ਟਿਸ਼ੂ ਪੇਪਰ ਸਾਫ਼ ਕਰਨ ਵਾਸਤੇ, ਇਹ ਹੱਥ ਸਾਫ਼ ਇਹਦੇ ਨਾਲ ਕਰਨੇ ਨੇ। ਅੱਛਾ ਆਹੋ ਕੋਈ ਨਹੀਂ ਕੋਈ ਨਹੀਂ, ਰੱਖ ਦੇ ਇੱਥੇ ਚੁੱਕ ਲੈ। ਮੈਂ ਕਿਹਾ ਕਹਿੰਦੀ ਤੇਰੀ ਮੰਮੀ ਨੂੰ ਕਿ ਚੱਲ ਬਾਜ਼ਾਰ ਚੱਲੀਏ। ਆਪਾਂ ਦੋਵੇਂ ਭੈਣਾਂ ਜਦੋਂ ਰੱਖੜੀ 'ਤੇ ਜਾਂਦੀਆਂ ਸੀ ਨਾ ਆਪਣੇ ਪੇਕੇ, ਅਤੇ ਉੱਥੇ ਬਸ ਰੱਖੜੀ ਵੀਰਾਂ ਨੂੰ ਬੰਨ ਕੇ ਅਤੇ ਆਪਾਂ ਦੋਵਾਂ ਭੈਣਾਂ ਨੇ ਬਾਜ਼ਾਰ ਨਿਕਲ ਜਾਣਾ। ਫਿਰ ਬਸ ਸਾਰਾ ਦਿਨ ਜਿਹੜੇ ਤੇਰੇ ਮਾਮਿਆਂ ਨੇ ਪੈਸੇ ਦਿੱਤੇ ਹੋਣੇ ਸਾਨੂੰ ਰੱਖੜੀ 'ਤੇ, ਬਸ ਦੇ ਕਰ ਫਿਰ ਖਾਣੇ। ਫਿਰ ਯਾਦ ਹੀ ਸਮੋਸੇ ਖਾਣੇ ਛੋਲਿਆਂ ਵਾਲੇ, ਛੋਲੇ ਪਾ ਕੇ ਮਿੰਟ ਭਾਈ ਉਹਨੂੰ ਕਹੀ ਜਾਣਾ ਛੋਲੇ ਪਾ ਦੇ ਛੋਲੇ ਪਾ ਦੇ, ਹੈ ਨਾ। ਚੱਲ ਆ ਚੱਲੀਏ, 2 ਸਾਲ ਬਾਅਦ ਆਪਾਂ ਫਿਰ ਚੱਲ ਚੱਲੀਏ। ਨਹੀਂ ਮਾਸੀ ਜੀ, ਇੰਨਾ ਅਨਹਾਈਜੀਨਿਕ ਖਾਣਾ ਨਾ ਮੰਮੀ ਨੂੰ ਅਲਾਊਡ ਨਹੀਂ ਹੈਗਾ। ਤੁਹਾਨੂੰ ਪਤਾ ਹੀ ਆ ਬਾਹਰ ਕਿਸ ਤਰ੍ਹਾਂ ਖਾਣਾ ਬਣਾਉਂਦੇ ਆ। ਪੁੱਤ ਤੂੰ ਵੀ ਮੇਰੇ ਨਾਲ ਚੱਲ, ਬਾਹਰ ਜਾ ਕੇ ਜੋ ਮਜ਼ਾ ਆਉਂਦਾ ਨਾ ਜਾ ਕੇ ਫਿਰਨਾ ਤੁਰਨਾ, ਦੁਕਾਨਾਂ 'ਚ ਜਾ ਕੇ ਆਹ ਸੂਟ ਕਿੰਨੇ ਦਾ ਆਹ ਸੂਟ ਕਿੰਨੇ ਦਾ। ਨਹੀਂ ਨਹੀਂ ਇੱਥੇ ਤਾਂ ਆਪਾਂ ਫੋਨ ਕਰ ਦਿੰਦੇ ਹਾਂ, ਉਹ ਘਰ ਹੀ ਆ ਜਾਂਦੇ ਨੇ ਸੂਟ ਸਾਟ ਲੈ ਕੇ। ਉਹ ਸਾਰੀਆਂ ਗੱਲਾਂ ਮਾਸੀ ਜੀ ਹੁਣ ਕਿੱਥੇ, ਉਹ ਥੋੜ੍ਹੀਆਂ ਕੀ ਤੁਹਾਨੂੰ ਮੈਂ ਕਹਾਂ, ਸਮੇਂ 'ਤੇ ਤੁਸੀਂ ਗਏ ਹੋ। ਸੂਟ ਲੈਣੇ ਘਰ ਫੋਨ ਕਰ ਉਹਨੂੰ ਬੁਲਾ ਲੈ। ਨਹੀਂ ਨਹੀਂ ਗੱਲ ਸੂਟ ਲੈਣ ਦੀ ਨਹੀਂ, ਪਰ ਬਾਜ਼ਾਰ ਜਾ ਕੇ ਜਿਹੜੇ ਬਾਜ਼ਾਰ ਸੱਜੇ ਹੁੰਦੇ ਸੀ ਦੋਵਾਂ ਭੈਣਾਂ ਦੇ ਨਾਲ ਭਾਬੀ ਦੇ, ਜਿਹੜੇ ਸਾਡੇ ਹੱਥਾਂ 'ਚ ਹੱਥ ਪਏ ਹੁੰਦੇ ਸੀ ਖੁਸ਼ੀਆਂ, ਖਲੋਤੇ ਖਲੋਤੇ ਲੈ ਖੱਟੇ ਵਾਲੇ ਲੱਡੂ ਖਾ ਲੈਣੇ, ਹੈ ਗੋਲ ਗੱਪੇ ਖਾ ਲੈਣੇ, ਅਤੇ ਕਿੰਨਾ ਮਜ਼ਾ ਆਉਂਦਾ ਹੁੰਦਾ। ਬਸ ਸਮਾਨ ਦੇ ਲਿਫਾਫੇ ਅਤੇ ਝੋਲੇ ਚੁੱਕ ਕੇ ਥੱਕ ਜਾਣਾ ਆਪਾਂ, ਚੱਲ ਪੀ ਚੱਲ ਚੱਲ ਪੀ ਪੀ ਚੱਲ। ਨਹੀਂ ਨਹੀਂ ਮਾਸੀ ਜੀ, ਮੰਮੀ ਨੇ ਨਹੀਂ ਜਾਣਾ, ਤੁਸੀਂ ਕੁਛ ਖਾਣਾ ਵਾ ਨਾ ਆਪਾਂ ਘਰੇ ਬਣਾ ਲੈਂਦੇ ਹਾਂ, ਇਹਨਾਂ ਨੂੰ ਕਹਿ ਦਿੰਦੇ ਆਪਾਂ ਇੱਥੇ ਬਹਿ ਕੇ ਗੱਲਾਂ ਮਾਰਦੇ ਆ। ਫਿਰ ਮੇਰੀ ਗੱਲ ਸੁਣੋ, ਇਹ ਸਾਰਾ ਕੁਛ ਨਾ ਵੱਡੇ ਰੈਸਟੋਰੈਂਟ 'ਚ ਵੀ ਮਿਲਦਾ, ਆਪਾਂ ਉੱਥੇ ਚੱਲਦੇ ਹਾਂ, ਉੱਥੇ ਤੁਹਾਨੂੰ ਖਵਾ ਦਿੰਦੇ। ਆ ਬਾਹਰ ਗਲੀਆਂ ਗਲੀਆਂ ਧੱਕੇ ਖਾਣੇ ਆਈ ਡੋਂਟ ਲਾਈਕ ਇਟ। ਮੇਰੀ ਗੱਲ ਸੁਣ, ਡਰਾਈਵਰ ਨੂੰ ਫੋਨ ਕਰ ਪੁੱਛ ਕਿੱਥੇ ਹੈਗਾ। ਹਾਂ ਹਾਂ ਤੇ ਗੱਡੀ ਕਢਵਾਓ। ਡਰਾਈਵਰ ਨਾ ਜਾਣੇ ਆ ਕੀ ਗਲੀਆਂ 'ਚ
ਕਿਹੋ ਜਿਹੀਆਂ ਗੱਲਾਂ? ਇਹ ਗੱਲਾਂ ਨਾ ਤੁਸੀਂ ਵੀ ਪਿੱਛੇ ਛੱਡ ਦਿਓ, ਆਪਾਂ ਤਾਂ ਭੁੱਲ ਚੁੱਕੇ ਹਾਂ ਇਹ ਗੱਲਾਂ, ਸਾਨੂੰ ਨਹੀਂ ਕੋਈ ਇੰਟਰਸਟ ਹੈਗਾ ਜਾਣ ਦੇ ਵਿੱਚ। ਅਤੇ ਤੁਸੀਂ ਵੀ ਸਾਡੇ ਨਾਲ ਹੀ ਚੱਲੋ, ਤੁਹਾਨੂੰ ਵੀ ਥੋੜ੍ਹਾ ਫੀਲ ਹੋਏ ਕਿ ਆਪਾਂ ਕਿਸ ਤਰ੍ਹਾਂ ਰਹਿੰਦੇ। ਵੱਡੀ ਗੱਡੀ ਖਲੋਤੀ ਹੈ, ਫੋਰਚੂਨਰ। ਅੱਛਾ ਉੱਥੇ ਕੀ ਹੁੰਦਾ ਜਾ ਕੇ? ਕੋ ਵੱਡੀ ਦੁਕਾਨ? ਅੱਛਾ ਜਿਹੜੀ ਫਿਲਮਾਂ ਚ ਵਿਖਾਉਂਦੇ ਆ ਕਿ ਉਹਨਾਂ ਕੋਲ ਜਿੱਥੇ ਸਾਰਾ ਕੁਝ ਮਿਲ ਜਾਂਦਾ ਹੈ। ਹਾਂਜੀ ਕੀ ਕਹਿੰਦੇ ਉਹਨਾਂ ਨੂੰ? ਮਾਲ। ਮਾਲ ਹਾਂਜੀ। ਆਹੋ ਉਹ ਤਾਂ ਭੈਣੇ ਬੜਾ ਮਹਿੰਗਾ ਹੁੰਦਾ। ਤੇ ਫਿਰ ਮਹਿੰਗਾ ਤਾਂ ਹੁੰਦਾ ਹੀ ਹੈ। ਕੋਈ ਗੱਲ ਨਹੀਂ, ਪੈਸਿਆਂ ਦੀ ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਨਹੀਂ ਪੈਸੇ ਦੇਣੇ, ਆਪਾਂ ਤੁਹਾਡੇ ਕੋਲ ਕੋਈ ਪੈਸੇ ਨਹੀਂ ਲੈਣੇ, ਆਪਾਂ ਦੇਵਾਂਗੇ ਪੈਸੇ। ਨਹੀਂ ਨਹੀਂ ਗੱਲ ਪੈਸਿਆਂ ਦੀ ਨਹੀਂ ਹੈਗੀ। ਚੱਲ ਨਹੀਂ ਭੈਣਾ, ਤੁਸੀਂ ਤਾਂ ਆਪਣੀਆਂ ਗੱਲਾਂ ਸੁਣਾਈ ਜਾਂਦੀਆਂ, ਮੈਨੂੰ ਚਾਹ ਤੇ ਪੀ ਲੈਣ ਦਿਓ। ਪੀਓ 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 ਪੀਓ। ਤੇ ਭੈਣ ਤੈਨੂੰ ਪਤਾ ਮੈਂ ਨਹੀਂ ਇਹੋ ਜਿਹੇ ਕੱਪਾਂ 'ਚ ਚਾਹ ਪੀਂਦੀ, ਮੈਂ ਤਾਂ ਸਟੀਲ ਦੇ ਗਲਾਸ ਵਿੱਚ ਅਤੇ ਨਾਲ ਕੋਲੀ, ਅਤੇ ਜਿਹੜਾ ਸੂਟਾ ਲੈ ਕੇ ਚਾਹ ਪੀਣ ਦਾ ਨਜ਼ਾਰਾ ਉਹਦਾ ਵੱਖਰਾ ਹੀ ਆਉਂਦਾ। ਮੈਨੂੰ ਤਾਂ ਸਟੀਲ ਦੇ ਗਲਾਸ 'ਚ ਚਾਹ ਦੇ। ਮਾਸੀ ਜੀ ਇਸ ਤਰ੍ਹਾਂ ਨਾ ਕਰੋ, ਸਾਡੀਆਂ ਮੇਡਸ ਨਾ ਐਵੇਂ ਹੋਰ ਹੀ ਕੁਛ ਸਮਝਣਗੀਆਂ, ਇਹੋ ਜਿਹੀਆਂ ਉਹ ਵੀ ਨਹੀਂ ਇਸ ਤਰ੍ਹਾਂ ਪੀਂਦੀਆਂ, ਉਹ ਵੀ ਕੱਪਸ ਦੇ ਵਿੱਚ ਪੀਂਦੀਆਂ, ਉਹਨਾਂ ਦੇ ਕੱਪ ਵੱਖਰੇ ਆ। ਆਹ ਫੜੋ ਤੁਸੀਂ। ਆ ਮੈਨੂੰ ਨਹੀਂ ਭੈਣ, ਤੈਨੂੰ ਪਤਾ ਉਂਗਲ ਜੀ ਪਾ ਕੇ ਇਸ ਤਰ੍ਹਾਂ। ਕੋਈ ਨਹੀਂ ਕੋਈ ਨਹੀਂ, ਕੋਈ ਤੂੰ ਪੀ, ਹਜੇ ਪੀ ਕੇ ਵੇਖ ਕਿੰਨਾ ਸਵਾਦ ਆਏਗਾ ਇਹ ਪੀਣ 'ਚ। ਵੇਖ ਆ ਵੇਖ ਆ ਗੋਲਡੀ ਨੇ ਕੱਪ ਸਪੈਸ਼ਲ ਬਾਹਰੋਂ ਭੇਜੇ। ਇਹਨੂੰ ਹੱਥ ਲਾਇਆ ਨੀ, ਡਿੱਗਿਆ ਨੀ, ਗਿਆ ਨੀ। ਮੈਂ ਵੇਖ ਲਵਾਂ ਉਹਨੂੰ। ਹਾਂ ਪਰ ਡਿੱਗੇ ਨਾ, ਹੱਥ ਧਿਆਨ ਨਾਲ ਲਾਇਓ, ਪਤਾ ਮਹਿੰਗਾ ਬੜਾ, ਐਵੇਂ ਟੁੱਟ ਟੱਟ ਗਿਆ ਤੇ ਫਿਰ ਔਖਾ ਹੋ ਜਾਣਾ। ਇਹ ਉਹ ਹਿਲ ਹੁੰਦਾ ਜਰਾ ਵੀ, ਇਹਨੂੰ ਕੀਤਾ ਨਹੀਂ ਪ੍ਰੈਸ ਕੀਤਾ ਨਹੀਂ ਜੜਮ ਥੱਲੇ। ਹਾਂਜੀ ਤੇ ਤੁਹਾਨੂੰ ਪਤਾ ਇਹ ਤੇ ਬਸ ਚੀਜ਼ਾਂ ਨਾ ਅਸੀਂ ਦੂਰੋਂ ਦੂਰੋਂ ਹੀ ਵੇਖਦੇ ਹਾਂ ਵੀ ਹਾਂ ਬਸ ਵੇਖਣ 'ਚ ਪਈਆਂ ਨੇ। ਆਪਾਂ ਤੇ ਮੇਡ ਨੂੰ ਵੀ ਸਟ੍ਰਿਕ ਕਿਹਾ ਹੋਇਆ ਵਾ ਕਿ ਇਹਨਾਂ ਨੂੰ ਪੋਲੇ ਪੋਲੇ ਡਸਟਿੰਗ ਕਰਨੀ, ਜ਼ਿਆਦਾ ਜ਼ੋਰ ਦੇਣੀ, ਐਵੇਂ ਡਿੱਗ ਡੁੱਗ ਗਿਆ ਤੇ ਫਿਰ ਹਣਾ। ਚੰਗਾ ਕੋਈ ਨਹੀਂ ਕੋਈ, ਮੈਂ ਤੂੰ ਹੱਥ ਲਾ ਕੇ ਵੇਖ, ਕੋਈ ਟੈਨਸ਼ਨ ਨਹੀਂ ਪੈਣਾ। ਉਹ ਬੜਾ ਮਹਿੰਗਾ ਹੈਗਾ, ਕੋਈ ਗੱਲ ਨਹੀਂ, ਮੈਂ ਉਹ ਠੀਕ ਹੈ, ਮੈਨੂੰ ਇੱਥੇ ਵੇਖ ਲਿਆ, ਬੜਾ ਸੋਹਣਾ ਹੈਗਾ। ਆਹ ਵੇਖ ਹੁਣ ਜਿਹੜਾ ਆਹ ਹੀ ਆ ਵੇਖੋ ਲਵਾਇਆ ਜਿਹੜਾ, ਇਹ ਤੂੰ ਸੋਚ ਕਿੰਨੇ ਦਾ ਹੋਣਾ ਹੀ, ਆਹ 50,000 ਰੁਪਈਏ ਦਾ ਲੱਗਾ ਹੀ, ਆਹ ਹੀ ਇੰਨਾ ਕੁ ਇੱਕ ਅੱਛ ਆ। ਆਹ ਇਹ 50,000 ਰੁਪਈਏ ਦਾ ਲੱਗਾ। ਅੱਛਾ ਠੀਕ ਆ। ਤੇ ਭੈਣ ਹਾਥੀ ਕਿੱਡੇ ਸੋਹਣੇ ਰੱਖੇ ਹੋਏ ਆ। ਇਹ ਕਿਰਨ ਗਈ ਸੀ ਟੂਰ ਤੇ। ਅੱਛਾ ਘੁੰਮਣ ਫਿਰਨ ਬਾਹਰ ਗਏ ਸੀ ਨਾ, ਤੇ ਉਦੋਂ ਲੈ ਕੇ ਆਏ, ਇਹ ਉੱਥੋਂ ਲਿਆਈ। ਅੱਛਾ ਹੋਰ ਕੀ ਮੰਮੀ, ਤੁਸੀਂ ਮਾਸੀ ਜੀ ਨੂੰ ਗਾਰਡਨ ਨਹੀਂ ਵਿਖਾਣਾ? ਤੁਸੀਂ ਨਾ ਪਹਿਲਾਂ ਚਾਹ ਪੀ ਲਓ, ਫਿਰ ਆਪਾਂ ਇਹਨਾਂ ਨੂੰ ਗਾਰਡਨ ਵਿਖਾਨੇ ਆ। ਹਾਂ ਇਹਨੂੰ ਉੱਪਰਲੀ ਆਪਣੀ ਸਾਰੀ ਫਲੋਰ, ਥਰਡ ਫਲੋਰ ਤੱਕ ਵਿਖਾਣੇ, ਗਾਰਡਨ ਵੀ ਦਿਖਾ ਦਿੰਨੇ ਆ। ਹਾਂ ਇਹਨਾਂ ਨੇ ਕਦੀ ਵੇਖਿਆ ਨਹੀਂ ਨਾ। ਹਾਂ ਬੜੇ ਬੂਟੇ ਬੱਟੇ ਪਿੱਛੇ ਲਵਾਏ ਨੇ। ਹਾਂਜੀ।